ਸਾਸ਼ਿਆ ਕੱਲ ਬੱਚਿਓ 7ਵੀਂ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਅਸੀਂ ਕਰਦੇ ਹਾਂ ਲੈਸਨ ਨੰਬਰ 19 ਦਾ ਬੁੱਕ ਪਾਰਟ ਜੋ ਕਿ ਅਸੀਂ ਪੜ ਚੁੱਕੇ ਹਾਂ ਕਵਿਤਾ ਦਾਜ ਦੇ ਪੁਆੜੇ ਅਭਿਆਸ ਦਾ ਕੰਮ ਕਰਾਂਗੇ ਇਸ ਕਵਿਤਾ ਦੇ ਕੋਈ ਕੁਐਸਚਨ ਆਨਸਰਸ ਤੁਸੀਂ ਨਹੀਂ ਕਰਨੇ ਅਸੀਂ ਕੰਮ ਸ਼ੁਰੂ ਕਰਾਂਗੇ ਕੁਐਸਚਨ ਨੰਬਰ 4 ਤੋਂ ਬਹੁ ਵਿਕਲਪੀ ਪ੍ਰਸ਼ਨ ਦਾਜ ਨੇ ਘਰਾਂ ਵਿੱਚ ਕੀ ਪਾਇਦਾ ਕੀਤਾ ਹੈ ਉਜਾੜੇ ਪਏ ਹਨ ਮੁੰਡੇ ਦੇ ਮਾਪਿ ਅੱਜ ਕੀ ਬਣ ਚੁੱਕੇ ਹਨ ਵਪਾਰੀ ਇਸ ਸੀਜ਼ ਨੇ ਉੰਡੇ ਦੇ ਮਾਪਿਓ ਦੀ ਮੱਤ ਮਾਰ ਛੱਡੀ ਹੈ ਲਾਲਚ ਨੇ ਹਾੜੇ ਕੱਢਣੇ ਦਾ ਕੀ ਅਰਥ ਹੈ ਮਿੰਤਾ ਕਰਨੀਆਂ ਕਵੀ ਅਨੁਸਾਰ ਕੋਣ ਵਿਗੜਿਆ ਪਿਆ ਹੈ ਸਾਡਾ ਸਮਾਜ ਆ ਇੱਕ ਪੈਰਾ ਦਿੱਤਾ ਵੀ ਹੋਇਆ ਦੇਖੋ ਬੁੱਕ ਦੇ ਵਿੱਚ ਕੁਐਸਚਨ ਨੰਬਰ 5 ਕੋਈ ਦਾਜ ਵੀ ਸਕੂਟਰ ਤੇ ਕੋਈ ਕਾਰ ਮੰਗੇ ਕੋਈ ਫ੍ਰਿਜ ਟੀਵੀ ਰੰਗਦਾਰ ਮੰਗੇ ਕੁੜੀਆਂ ਦੇ ਮਾਪਿਓ ਨੂੰ ਲੁੱਟਣ ਪਏ ਦਿਨ ਦਿਹਾੜੇ ਇਸ ਦਾਜ ਨੇ ਤਾਂ ਇੱਥੇ ਪਾਏ ਬੜੇ ਪੁਆੜੇ ਇਸ ਪੈਰੇ ਨੂੰ ਤੁਸੀਂ ਨੋਟਬੁੱਕ ਦੇ ਉੱਪਰ ਲਿਖਣਾ ਹੈ। ਔਰ ਜਿਹੜੇ ਤਿੰਨ ਕੁਐਸਚਨ ਦਿੱਤੇ ਹੋਏ ਹਨ ਇਹ ਤਿੰਨੇ ਤਾਂ ਲਿਖਣੇ ਹੀ ਨੇ ਔਰ ਪਹਿਲਾ ਕੁਐਸਚਨ ਤੁਸੀਂ ਲਿਖੋਗੇ ਇਸ ਪੈਰੇ ਦੇ ਕਵੀ ਤੇ ਕਵਿਤਾ ਦਾ ਨਾਮ ਲਿਖੋ ਤਾਂ ਉਹ ਤੁਸੀਂ ਆਪਣੇ ਆਪ ਲਿਖ ਸਕਦੇ ਹੋ ਕਵਿਤਾ ਦਾ ਨਾਮ ਹੈ ਦਾਜ ਦੇ ਪੁਆੜੇ ਔਰ ਕਵੀ ਹੈ ਸੁਰਜੀਤ ਸਿੰਘ ਅਮਰ। ਦਾਜ ਵਿੱਚ ਲੋਕ ਕਿਹੜੀਆਂ ਚੀਜ਼ਾਂ ਮੰਗਦੇ ਹਨ ਕਾਰ ਸਕੂਟਰ ਫ੍ਰਿਜ ਟੀਵੀ ਕੌਣ ਕੁੜੀਆਂ ਦੇ ਮਾਪਿਆਂ ਨੂੰ ਲੁੱਟ ਰਿਹਾ ਹੈ ਮੁੰਡੇ ਵਾਲੇ ਜਾਂ ਮੁੰਡੇ ਦੇ ਮਾਪਿਓ? ਦਾਜ ਨੇ ਕਿੱਥੇ ਪੁਆਲੇ ਪਾਏ ਹਨ ਸਮਾਜ ਵਿੱਚ ਠੀਕ ਹੈ ਕੁਐਸਚਨ ਨੰਬਰ 6 ਤੁਸੀਂ ਆਪੇ ਕਰ ਸਕਦੇ ਹੋ ਅੱਗੇ ਵਿਆਕਰਨ ਨਾਲ ریلیਟਡ ਹੈ ਬਹੁ ਵਿਕਲਪੀ ਪ੍ਰਸ਼ਨ ਜਿੱਥੇ ਮੁਰਦਿਆਂ ਨੂੰ ਸਾੜਿਆ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਆ ਅਸੀਂ ਸ਼ਮਸ਼ਾਨ ਭੂਮੀ ਜਿੱਥੇ ਦਫਨਾਇਆ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਆ ਕਬਰਿਸਤਾਨ ਠੀਕ ਹੈ ਜਿੱਥੇ ਘੋੜੇ ਵੱਜਦੇ ਹਨ ਤਵੇਲਾ ਕਦੇ ਝੂਠ ਨਾ ਬੋਲੋ ਕਿਸ ਕਿਸਮ ਦਾ ਵਾਕ ਹੈ ਨਾਵਾਚਕ ਹਾਏ ਮੇਰੇ ਕੰਡਾ ਚੁਬ ਗਿਆ ਇਹ ਹੈ ਵਿਸਮਕ ਕਿਉਂਕਿ ਉਹ ਲੱਗਿਆ ਹੋਇਆ ਦੇ ਵਿੱਚ ਵੀ ਸਮਕ चिन्ह ਲੱਗਿਆ ਹੋਇਆ ਹੈ ਤਾਂ ਬਾਅਦ ਨੈਕਸਟ ਹੈ ਹਾਂਵਾਚਕ ਵਾਕਾਂ ਨੂੰ ਨਾਵਾਚਕ ਵਿੱਚ ਬਦਲੋ ਤਾਂ ਇਹਦੇ ਵਿੱਚ ਕੀ ਕਰਨਾ ਹੁੰਦਾ ਹੈ ਜਦੋਂ ਅਸੀਂ ਹਾਂ ਤੋਂ ਨਾਵਾਚਕ ਬਣਾਉਂਦੇ ਹਾਂ ਤਾਂ ਇਹਦੇ ਵਿੱਚ ਸੈਂਟੈਂਸ ਦਾ ਮਤਲਬ ਬਦਲੇ ਬਿਨਾਂ ਹੀ ਉਸ ਨੂੰ ਨਾਵਾਚਕ ਬਣਾਉਣਾ ਹੁੰਦਾ ਹੈ ਜਿਵੇਂ ਦੇਖੋ ਪਹਿਲਾ ਸੈਂਟੈਂਸ ਹੈ ਸਦਾ ਸੱਚ ਬੋਲੋ ਤਾਂ ਨਾਵਾਚਕ ਕਿਵੇਂ ਬਣੇਗਾ ਕਦੇ ਝੂਠ ਨਾ ਬੋਲੋ ਇਹ ਨਾਵਾਚਕ ਵੀ ਹੋ ਗਿਆ ਔਰ ਸੈਂਟੈਂਸ ਦਾ मीनिंग ਵੀ ਨਹੀਂ ਬਦਲਿਆ ਠੀਕ ਹੈ ਹਮੇਸ਼ਾ ਹਾਜ਼ਰ ਰਹੋ ਕਦੇ ਗੈਰ ਹਾਜ਼ਰ ਨਾ ਰਹੋ ਮਾਪਿਆਂ ਦਾ ਆਦਰ ਕਰੋ ਮਾਪਿਆਂ ਦਾ ਅਨਿਰਾਦਰ ਨਾ ਕਰੋ ਹੁਸ਼ਿਆਰ ਬੱਚੇ ਬਣੋ ਨਲਾਇਕ ਬੱਚੇ ਨਾ ਬਣੋ ਭਲੇ ਮਾਨਸ ਬੱਚੇ ਬਣੋ ਬੁਰੇ ਬੱਚੇ ਨਾ ਬਣੋ ਠੀਕ ਹੈ ਨੈਕਸਟ ਹੈ ਸਮਾਨਾਰਥੀ ਸ਼ਬਦ ਚੁਣਨੇ ਹਨ ਦੋ ਦੋ ਦਿੱਤੇ ਹੋਏ ਹਨ ਇਹਦੇ ਵਿੱਚ ਰੋਸ਼ਨੀ ਦਾ ਆਏਗਾ ਚਾਨਣ ਅਤੇ ਲੋ ਖੁਸ਼ੀ ਦਾ ਆਨੰਦ ਪ੍ਰਸੰਤਾ ਸਰੀਰ ਦਾ ਦਿਸਮ ਔਰ ਦੇਹੇ ਔਰ ਵੈਰੀ ਦਾ ਦੁਸ਼ਮਨ ਔਰ ਸ਼ਤਰੂ ਆਈ ਹੋਪ ਤੁਹਾਨੂੰ ਬੁੱਕ ਪਾਠ ਸਮਝ ਆ ਗਿਆ ਹੋਵੇਗਾ ਕਵਿਤਾ ਨੂੰ ਪੜ੍ਹ ਲੈਣਾ ਇੱਕ ਵਾਰੀ ਔਰ ਆਪਣਾ ਬੁੱਕ ਪਾਠ ਕੰਪਲੀਟ ਕਰ ਲੈਣਾ ਔਰ ਇੱਕ ਸਟੈਂਜ਼ਾ ਜੋ ਦਿੱਤਾ ਹੋਇਆ ਹੈ ਉਸ ਨੂੰ ਆਪਣੀ ਨੋਟਬੁੱਕ ਦੇ ਉੱਪਰ ਕਰ ਲੈਣਾ ਧੰਨਵਾਦ